ਹਰ ਬੰਦੇ ਕੋਲ ਪੈਸੇ ਨਹੀਂ ਹੈ ਇੱਥੇ, ਅਗਰ ਪੈਸੇ ਹੀ ਹੁੰਦੇ ਤਾਂ ਉਹ ਇੰਨੇ ਪੈਸੇ ਲਾ ਕੇ ਬਾਹਰ ਜਾਣ ਦਾ ਸੁਪਨਾ ਕਿਉਂ ਦੇਖਦੇ? ਉਹ ਇਸੇ ਲਈ ਦੇਖਦੇ ਆ ਕਿਉਂਕਿ ਉਹ ਚਾਹੁੰਦੇ ਆ ਕਿ ਚਲੋ ਸੁਨਹਿਰਾ ਭਵਿੱਖ ਹੋਵੇ ਸਾਡਾ, ਪਰ ਇੱਥੇ ਤਾਂ ਠੱਗੀਆਂ ਮਾਰ ਕੇ ਜਿਹੜੇ ਪੈਸੇ ਸਾਡੇ ਜਮ੍ਹਾਂ ਕੀਤੇ ਹੁੰਦੇ ਆ, ਜਿਹੜੇ ਅਸੀਂ ਕਰਜ਼ੇ ਲੈ ਕੇ ਲਏ ਹੁੰਦੇ ਆ, ਉਹ ਵੀ ਲੈ ਕੇ ਭੱਜ ਜਾਂਦੇ ਆ। ਈਵਨ ਇਹਨਾਂ ਨੇ ਹਾਲੇ ਤੱਕ ਆਪਣਾ ਆਫਿਸ ਕੱਲ੍ਹ ਇੰਨਾ ਹੋਇਆ, ਇਹਨਾਂ ਨੇ ਆਫਿਸ ਵੀ ਨਹੀਂ ਬੰਦ ਕੀਤਾ, ਆਫਿਸ ਵੀ ਇਹਨਾਂ ਦਾ ਖੁੱਲ੍ਹਾ ਹੋਇਆ। ਈਵਨ ਮੈਂ ਫੋਨ ਕੀਤਾ ਅਤੇ ਮੈਨੂੰ ਕਹਿੰਦੇ ਤੁਸੀਂ ਕਰ ਲਓ ਜੋ ਕਰਨਾ। ਮਤਲਬ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਕੋਈ ਪ੍ਰਸ਼ਾਸਨ ਦਾ ਕਾਨੂੰਨ ਦਾ ਕੋਈ ਡਰ ਨਹੀਂ? ਕੋਈ ਡਰ ਨਹੀਂ ਇਹਨਾਂ ਨੂੰ, ਕੋਈ ਡਰ ਨਹੀਂ, ਕਿਉਂਕਿ ਇਹਨਾਂ ਨੇ ਖੁਦ ਬੰਦੇ ਰੱਖੇ ਹੋਏ ਆ। ਇਹਨਾਂ ਨੇ ਜਿਹੜੇ ਬੰਦੇ ਆਉਂਦੇ ਇਹਨਾਂ ਦੇ ਬਾਉਂਸਰ ਆਉਂਦੇ, ਉਹਨਾਂ ਨੂੰ ਬਲੈਰੋ ਦਿੱਤੀ ਹੋਈ ਇਹਨਾਂ ਨੇ, ਠੀਕ ਹੈ। ਮਤਲਬ ਤਕੜੇ ਲਿੰਕ ਲੱਗਦੇ ਸਾਨੂੰ ਇਹਨਾਂ ਚੀਜ਼ਾਂ ਦੇ, ਕੋਈ ਮਤਲਬ ਸਪੋਰਟ ਤਕੜੀ ਇਹਨਾਂ ਦੇ, ਮਤਲਬ ਥਾਰ ਗੱਡੀ ਰੱਖੀ ਹੋਈ ਹੈ ਇਹਨਾਂ ਨੇ, ਇਹਨਾਂ ਦੀ ਜਿਹੜੀ ਸਪੋਰਟ ਹੈ ਤਕੜੀ ਹੈ ਇਹਨਾਂ ਦੀ। ਓਕੇ, ਧੰਨਵਾਦ।